ਦੋਸਤੋ ਜਿਵੇਂ ਨਵਾਂ ਸਾਲ ਆ ਰਿਹਾ ਹੈ ਪਰ ਉਹਦੀ ਸ਼ਾਇਦ ਖੁਸ਼ੀ ਕਿਸੇ ਨੂੰ ਵੀ ਉਨੀ ਨਹੀਂ ਹੈ ਜਿੰਨਾ ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਸਾਡੇ ਬਜ਼ੁਰਗ ਸੜਕਾਂ ਤੇ ਦਿੱਲੀ ਚ ਰੁਲ ਰਹੇ ਨੇ ਤੇ ਜੋ ਉਹਨਾਂ ਦੀ ਦੁਰਦਸ਼ਾ ਸਰਕਾਰਾਂ ਨੇ ਕਰ ਦਿੱਤੀ ਹੈ ਕਿਸੇ ਤਲਕ ਹੀ ਨਹੀਂ ਹੈ ਨਿਊ ਇਅਰ 2020 ਜਿਵੇਂ ਕਹਿੰਦੇ ਆ 2 ਮਹੀਨੇ ਹੀ ਆਇਆ ਤੇ ਬਾਕੀ ਤਾਂ ਲੌਕਡਾਊਨ 'ਚ ਟੱਪ ਗਿਆ ਉਸ ਤੋਂ ਬਿਨਾ ਪਿਛਲੇ ਦੋਾਂ ਤਿੰਨ ਮਹੀਨਿਆਂ ਤੋਂ ਤਾਂ ਸੜਕਾਂ 'ਤੇ ਜੋ ਸੰਘਰਸ਼ ਆਪਣੇ ਬਜ਼ੁਰਗ ਆਪਣੀਆਂ ਸੰਸਥਾਵਾਂ ਕਰ ਰਹੀਆਂ ਉਹ ਆਪਣੇ ਆਪ 'ਚ ਲਸਾਨੀ ਹੈ ਸਾਰਿਆਂ ਨੇ ਰਲ ਕੇ ਜੋ ਉਹਨਾਂ ਦੀ ਮਦਦ ਕੀਤੀ ਹੈ ਉਹ ਵੀ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ। ਆਓ ਰਲ ਕੇ ਸਾਰਿਆਂ ਨੂੰ ਇਹ ਹੀ ਵਧਾਈਆਂ ਦਈਏ ਕਿ ਇਹ ਸੰਘਰਸ਼ ਜਿੱਤ ਕੇ ਆਈਏ 2021 ਹਮੇਸ਼ਾ ਇਦਾਂ ਸਾਡੀ ਜਿੱਤ ਦਾ ਪ੍ਰਤੀਕ ਰਹੇ। ਧੰਨਵਾਦ।